ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੇ ਸਰਕਾਰ ਸਬਸਿਡੀ ਹੀ ਨਹੀਂ ਦੇ ਰਹੀ ਤਾਂ ਕਿਸਾਨ ਪਰਾਲੀ ਨਾ ਫੂਕਣ ਦਾ ਹੋਰ ਕੀ ਕਰਨ। ਜਿੱਥੇ ਪ੍ਰਸ਼ਾਸਨ ਇਸ ਪਾਸੇ ਲੱਗੀ ਹੋਈ ਹੈ, ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੀ ਪੂਰੀ ਟੀਮ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹੈ, ਰਿਮੋਟ ਸੈਂਸਿੰਗ ਨਾਲ ਡੇਟਾ ਆ ਰਿਹਾ ਹੈ, ਐਪ ਬਣੀ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਜਾਰੀ ਨੇ। ਉਹ ਰਾਊਂਡ ਅਪ ਨੂੰ ਬੰਦ ਕਰਕੇ ਵੀ ਇਹਦੇ ਨਾਲ ਕੈਂਸਰ ਹੁੰਦਾ, ਕੈਂਸਰ ਤਾਂ ਅੱਜ ਤੋਂ 40-50 ਸਾਲ ਪਹਿਲਾਂ ਆਉਂਦਾ ਸ਼ੁਰੂ ਹੋਇਆ ਹੋਇਆ। ਰਾਊਂਡ ਅਪ ਆਈ ਨੂੰ ਸਾਰੇ 15-18 ਸਾਲ ਹੋਏ ਨੇ ਰਾਊਂਡ ਅਪ ਆਈ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ, ਪੰਜਾਬ ਵਿੱਚ ਇਸ ਸਾਲ ਵੀ ਪਰਾਲੀ ਨੂੰ ਕਈ ਥਾਂ ਤੇ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਨੀ ਮਹਾਜਨ ਨੇ ਹਿੱਸਾ ਲਿਆ। ਇਸ ਦੌਰਾਨ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਪਰ ਕਿਸਾਨਾਂ ਨੇ ਦੱਸਿਆ ਕਿ ਮਸ਼ੀਨਾਂ ਤੇ ਦਿੱਤੀ ਜਾ ਰਹੀ ਸਾਰੀ ਸਰਕਾਰ ਦੀ ਸਬਸਿਡੀ ਉਹਨਾਂ ਤੱਕ ਨਹੀਂ ਪਹੁੰਚਦੀ। ਕਿਸਾਨਾਂ ਕਿਹਾ ਕਿ ਜੋ ਮਸ਼ੀਨਾਂ ਸਰਕਾਰ 2 ਲੱਖ ਰੁਪਏ ਵਿੱਚ ਦਿੰਦੀ ਹੈ, ਉਹ ਬਾਹਰੋਂ ਉਹਨਾਂ ਨੂੰ 1 ਲੱਖ 'ਚ ਮਿਲ ਜਾਂਦੀ ਹੈ, ਅਤੇ ਸਰਕਾਰ ਇਸ ਤੇ ਜੋ ਸਬਸਿਡੀ ਦਿੰਦੀ ਹੈ ਉਹ ਉਹਨਾਂ ਤੱਕ ਪਹੁੰਚਦੀ ਅੱਧੀ ਤੋਂ ਵੀ ਘੱਟ ਰਹਿ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਸਬਸਿਡੀ ਦਾ ਕੋਈ ਵੀ ਫਾਇਦਾ ਨਹੀਂ ਮਿਲਦਾ। ਕਿਸਾਨਾਂ ਨੇ ਇਹ ਵੀ ਕਿਹਾ ਕਿ ਪਰਾਲੀ ਨੂੰ ਸੰਭਾਲਣ ਵਾਸਤੇ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ ਕੁਝ ਮੁਆਵਜ਼ਾ ਜ਼ਰੂਰ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਦਵਾਈਆਂ ਬੀਜ ਬਹੁਤ ਮਹਿੰਗੇ ਹੋ ਗਏ ਨੇ, ਜਿਸ ਕਰਕੇ ਕਿਸਾਨ ਹੁਣ ਇਸ ਦਾ ਬੋਝ ਨਹੀਂ ਝੇਲ ਸਕਦੇ, ਅਤੇ ਮਜਬੂਰਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਹੀ ਪੈਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਉਪਰਾਲੇ ਹੋ ਰਹੇ ਨੇ ਕਿ ਸਟਬਲ ਬਰਨਿੰਗ, ਜੋ ਪਰਾਲੀ ਨੂੰ ਸਾੜਨ ਦਾ ਪ੍ਰਥਾ ਕੁਛ ਸਾਲਾਂ ਤੋਂ ਸ਼ੁਰੂ ਹੋਈ ਹੈ, ਉਸ 'ਤੇ ਨੱਥ ਪਾਈ ਜਾਏ, ਕਿਉਂਕਿ ਪਰਾਲੀ ਸਾੜਨ ਨਾਲ ਜਿੱਥੇ ਇੱਕ ਪਾਸੇ ਖੇਤਾਂ ਦੇ ਵਿੱਚ ਜੋ ਨੁਕਸਾਨ ਵੀ ਹੁੰਦਾ, ਦੂਸਰੇ ਪਾਸੇ ਸਿਹਤ ਦਾ ਬਹੁਤ ਨੁਕਸਾਨ ਹੈ। ਸੋ ਇਸ ਦੇ ਲਈ ਪੂਰਾ ਸਮਾਜ ਇੱਕਜੁੱਟ ਹੋ ਕੇ ਕੰਮ ਕਰ ਰਿਹਾ ਹੈ। ਜਿੱਥੇ ਪ੍ਰਸ਼ਾਸਨ ਇਸ ਪਾਸੇ ਲੱਗੀ ਹੋਈ ਹੈ, ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦੀ ਪੂਰੀ ਟੀਮ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਹੈ, ਰਿਮੋਟ ਸੈਂਸਿੰਗ ਨਾਲ ਡੇਟਾ ਆ ਰਿਹਾ ਹੈ, ਐਪ ਬਣੀ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਜਾਰੀ ਨੇ। ਫਿਰ ਵੀ ਅਸੀਂ ਦੇਖਦੇ ਹਾਂ ਕਿ ਹਾਲਾਂਕਿ ਬਹੁਤ ਪਹਿਲਾਂ ਨਾਲੋਂ ਕਮੀ ਆਈ ਹੈ, ਜਾਗਰੂਕਤਾ ਵੀ ਵਧੀ ਹੈ, ਹੁਣ ਹਰ ਇੱਕ ਨੂੰ ਪਤਾ ਹੈ ਕਿ ਇੱਕ ਇਹ ਮੁੱਦਾ ਹੈ ਜਿਸ ਤੋਂ ਨੱਥ ਪਾਉਣ ਦੀ ਲੋੜ ਹੈ। ਫਿਰ ਵੀ ਕਿਤੇ ਕਿਤੇ ਵੱਖ ਵੱਖ ਕਾਰਨਾਂ ਕਰਕੇ ਇਹ ਇੰਸੀਡੈਂਟ ਹੋ ਰਹੇ ਨੇ, ਇਹਨਾਂ ਦੀ ਚੈਕਿੰਗ ਵੀ ਕਰਾਈ ਜਾਂਦੀ ਹੈ। ਇਸ ਸਾਲ ਖਾਸ ਤੌਰ 'ਤੇ ਇਹ ਪਤਾ ਲੱਗਿਆ ਹੈ ਕਿ ਕਿਉਂਕਿ ਸੀਜ਼ਨ ਥੋੜ੍ਹਾ ਜਲਦੀ ਹੋਇਆ ਹੈ ਔਰ ਕਟਾਈ ਹੋ ਗਈ ਹੈ, ਛੇਤੀ ਬਿਜਾਈ ਵੀ ਛੇਤੀ ਹੋਈ ਹੈ ਪਹਿਲਾਂ ਨਾਲੋਂ, ਤਾਂ ਹੁਣ ਤੱਕ ਥੋੜ੍ਹੇ ਇੰਸੀਡੈਂਟਸ ਪਹਿਲਾਂ ਨਾਲੋਂ ਵਧੇ ਨੇ। ਸਾਨੂੰ ਹਾਲੇ ਵੀ ਆਸ ਹੈ ਕਿ ਪੂਰਾ ਸੀਜ਼ਨ ਅਗਰ ਦੇਖਾਂਗੇ, ਪਿਛਲੇ ਸਾਲ ਸੀਜ਼ਨ ਲੰਬਾ ਚੱਲਿਆ ਸੀ, ਤਾਂ ਪਿਛਲੇ ਸਾਲ ਦੇ ਸੀਜ਼ਨ ਨਾਲੋਂ ਇਸ ਸਾਲ ਦੇ ਸੀਜ਼ਨ ਵਿੱਚ ਘਟੇਗੀ ਇਹ ਪ੍ਰੋਬਲਮ ਜ਼ਿਆਦਾ। ਇਸ ਚੀਜ਼ 'ਤੇ ਸਾਨੂੰ ਉਮੀਦ ਹੈ ਕਿ ਹੁਣ ਬੱਚਿਆਂ ਤੱਕ, ਨੌਜਵਾਨਾਂ ਤੱਕ, ਕਿਸਾਨ ਵੀਰਾਂ ਤੱਕ ਇਹ ਗੱਲ ਬਹੁਤ ਫੈਲੀ ਹੈ ਔਰ ਉਸ 'ਤੇ ਕੱਲ੍ਹ ਪਹੁੰਚਣ ਦੇ ਨਾਲ ਜ਼ਰੂਰ ਸਾਡੇ ਪੰਜਾਬ ਦੇ ਕਿਸਾਨ ਜੋ ਨੇ ਬਹੁਤ ਹੀ ਪ੍ਰਗਤੀਸ਼ੀਲ ਨੇ, ਬੜੀ ਨਵੀਂ ਸੋਚ ਨੂੰ ਅਪਣਾਉਣ ਵਾਲੇ ਨੇ ਔਰ ਉਹ ਇਸ ਚੀਜ਼ ਨੂੰ ਸਮਝਣਗੇ ਕਿ ਉਹਨਾਂ ਦੇ ਪਰਿਵਾਰਾਂ ਦੇ ਉੱਪਰ, ਸਿਹਤ ਦੇ ਉੱਪਰ ਇਸਦਾ ਮਾੜਾ ਅਸਰ ਪੈ ਰਿਹਾ, ਉਹਨਾਂ ਦੇ ਖੇਤਾਂ ਦੇ ਉੱਪਰ, ਜ਼ਮੀਨ ਦੇ ਉੱਪਰ ਮਾੜਾ ਅਸਰ ਪੈ ਰਿਹਾ ਔਰ ਇਸ ਚੀਜ਼ ਨੂੰ ਨੱਥ ਪਾਉਣ 'ਤੇ ਸਰਕਾਰ, ਸਮਾਜ, ਕਿਸਾਨ ਸਾਰੇ ਇਕੱਠੇ ਰਲ ਮਿਲ ਕੇ ਯਤਨ ਕਰ ਰਹੇ। ਇੱਕਦਮ ਛੋਟੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ ਮਸ਼ੀਨਾਂ ਖਰੀਦਣ, ਜੇ ਸਬਸਿਡੀ ਤਾਂ ਮਿਲ ਰਹੀ ਹੈ ਪਰ ਫਿਰ ਵੀ ਉਹ ਛੋਟੇ ਕਿਸਾਨਾਂ ਲਈ ਕੀ ਮੈਂ
ਛੋਟੇ ਕਿਸਾਨਾਂ ਵਾਸਤੇ ਖਾਸ ਤੌਰ 'ਤੇ ਇਹ ਉਮੀਦ ਹੈ ਕਿ ਸਰਕਾਰ ਇਸੀ ਕਰਕੇ ਜ਼ਿਆਦਾ ਸਬਸਿਡੀ ਦਿੰਦੀ ਹੈ, ਅਗਰ ਕੋਪਰੇਟਿਵ ਬਣਾ ਕੇ ਸੁਸਾਇਟੀ ਬਣਾ ਕੇ ਕਿਸਾਨ ਅੱਗੇ ਆਉਂਦੇ ਨੇ ਤਾਂ ਇਹ ਆਸ ਹੈ ਕਿ ਇਕੱਠੇ ਹੋ ਕੇ ਕਿਸਾਨ ਵੀਰ ਰਲ ਮਿਲ ਕੇ ਖਰੀਦਣਗੇ, ਵੱਧ ਸਬਸਿਡੀ ਦਾ ਵੀ ਫਾਇਦਾ ਉਠਾਉਣਗੇ ਔਰ ਫਿਰ ਸ਼ੇਅਰਿੰਗ ਬੇਸਿਸ 'ਤੇ ਇਹ ਜੋ ਇਕੁਇਪਮੈਂਟ ਹੈ ਇਸ ਨੂੰ ਸਸਤੇ ਦਰ 'ਤੇ ਯੂਜ਼ ਕਰ ਸਕਣਗੇ। ਆਸ ਇਹ ਹੈ ਕਿ ਅਗਰ ਪੂਰਾ ਸੀਜ਼ਨ ਕੰਪੇਅਰ ਕਰਾਂਗੇ ਪਿਛਲੇ ਸਾਲ ਦਾ ਔਰ ਇਸ ਸਾਲ ਦਾ ਤਾਂ ਓਵਰਆਲ ਜ਼ਰੂਰ ਸਾਨੂੰ ਇੰਪਰੂਵਮੈਂਟ ਦਿਖਣੀ ਚਾਹੀਦੀ ਹੈ। ਜਿਹੜੀ ਜ਼ਿਆਦਾ ਇੰਟੈਂਸਿਟੀ ਹੋ ਰਹੀ ਹੈ ਡਿਊ ਟੂ ਦ ਟਾਈਮ ਗੈਪ, ਇਟ ਇਜ਼ ਪੋਸੀਬਲ, ਵੀ ਵਿਲ ਇਹਨੂੰ ਸਟੱਡੀ ਕੀਤਾ ਜਾਵੇਗਾ ਜਦੋਂ ਸੀਜ਼ਨ ਖਤਮ ਹੁੰਦਾ ਹੈ ਔਰ ਫਿਰ ਦੇਖਾਂਗੇ ਕਿ ਹੋ ਸਕਦਾ ਹੈ ਇਸ ਚੀਜ਼ ਦਾ ਹੋ ਸਕਦਾ ਹੈ। ਉਧਰ ਦੂਸਰੇ ਪਾਸੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਪੰਜਾਬ ਦੇ ਅਡੀਸ਼ਨਲ ਚੀਫ ਸੈਕਟਰੀ ਵਿਨੀ ਮਹਾਜਨ ਨੇ ਕਿਹਾ ਕਿ ਇਸ ਸਾਲ ਬੀਤੇ ਸਾਲ ਨਾਲੋਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ ਕਮੀ ਆਈ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਚੌਗਿਰਦੇ ਦੀ ਸਾਂਭ ਸੰਭਾਲ ਵਾਸਤੇ ਇਕੱਠਿਆਂ ਹੋ ਕੇ ਕਰਨੀ ਚਾਹੀਦੀ ਹੈ। ਛੋਟੇ ਕਿਸਾਨਾਂ ਤੋਂ ਮਸ਼ੀਨਾਂ ਨਾ ਖਰੀਦੇ ਜਾਣ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਇਸ 'ਤੇ ਸਬਸਿਡੀ ਦੇ ਰਹੀ ਹੈ ਅਤੇ ਪਿੰਡਾਂ ਵਿੱਚ ਵੱਡੇ ਕਿਸਾਨ ਆਪਣੀਆਂ ਮਸ਼ੀਨਾਂ ਛੋਟੇ ਕਿਸਾਨਾਂ ਨਾਲ ਵੰਡ ਵੀ ਸਕਦੇ ਨੇ। ਹੋਰ ਕੀ ਕਿਹਾ, ਮਾਰੋ ਨਜ਼ਰ। ਡਿਮਾਂਡ ਤਾਂ ਹੈ ਸਾਡੀ, ਮਤਲਬ ਵੀ 200 ਰੁਪਏ ਦੀ ਆਮ ਕਿਸਾਨ ਯੂਨੀਅਨ ਸਾਰੀਆਂ ਜਥੇਬੰਦੀਆਂ ਹੀ ਕਰਦੀਆਂ, ਕੋਸਟ ਵੀ ਆਉਂਦੀ ਹੈ ਇੰਨੀ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਜੇ ਸਾਨੂੰ 100 ਰੁਪਈਆ ਵੀ ਦੇ ਦੇਣ ਤਾਂ ਵੀ ਸਾਡਾ ਘਰ ਪੂਰਾ ਹੋ ਸਕਦਾ ਕੁਇੰਟਲ 'ਤੇ ਜੀਰੀ ਦਾ, ਝੋਨੇ ਦਾ। ਅਤੇ ਦੂਸਰੀ ਇਹ ਆ ਵੀ ਜਿਵੇਂ ਹੁਣ ਮੈਂ ਬਾਹਰ ਪੁੱਛਿਆ ਵੀ 2,10,000 ਦੇ ਪਲਾਓ ਨੇ, ਪਰ ਉਹਦੇ 'ਤੇ ਕਿੰਨਾ ਖਰਚ ਆਇਆ ਹੋਇਆ ਕੋਈ ਉਹਨੂੰ ਦੇਖਣ ਨੂੰ ਤਿਆਰ ਨਹੀਂ ਗਾ ਵੀ ਉਹ 'ਤੇ ਕਿੰਨਾ ਖਰਚ ਆਇਆ, 50,000 ਲੱਗਿਆ ਹੋਇਆ ਕਿ 60,000 ਲੱਗਿਆ, 1,00,000 ਲੱਗਿਆ ਹੋਇਆ। ਜਿਹੜੀ ਸਬਸਿਡੀ ਸਾਨੂੰ 70,000 ਮਿਲਣੀ ਆ ਉਹ ਮਿਸਤਰੀਆਂ ਨੇ ਖਾ ਜਾਣੀ ਆ, ਖਵਨੀ ਮਹਿਕਮੇ ਨੇ ਖਾ ਜਾਣੀ, ਇਹ ਨਹੀਂ ਸਾਨੂੰ ਪਤਾ। ਮਹਿਕਮਾ ਸਾਨੂੰ ਜ਼ਰੂਰ ਸਾਡੇ ਖਾਤਿਆਂ 'ਚ ਪਾ ਦਿੰਦਾ, ਉਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ, ਮਹਿਕਮੇ ਦਾ ਕੋਈ ਕਿੱਲਤ ਨਹੀਂ ਆਉਂਦੀ, ਨਾ ਕੋਈ ਬੀਆਂ ਦੀ ਨਾ ਕੋਈ। ਹਾਂ, ਦੂਜੀ ਗੱਲ, ਇੱਕ ਸਾਨੂੰ ਰਾਊਂਡ ਅਪ 220 ਰੁਪਏ ਇੱਕ ਲੀਟਰ ਮਿਲਦੀ ਸੀ ਪਿਛਲਿਆਂ ਸਾਲਾਂ 'ਚ, ਉਹ ਰਾਊਂਡ ਅਪ ਨੂੰ ਬੰਦ ਕਰਕੇ ਵੀ ਇਹਦੇ ਨਾਲ ਕੈਂਸਰ ਹੁੰਦਾ, ਕੈਂਸਰ ਤਾਂ ਅੱਜ ਤੋਂ 40-50 ਸਾਲ ਪਹਿਲਾਂ ਆਉਂਦਾ ਸ਼ੁਰੂ ਹੋਇਆ ਹੋਇਆ, ਰਾਊਂਡ ਅਪ ਆਈ ਨੂੰ ਸਾਰੇ 15-18 ਸਾਲ ਹੋਏ ਨੇ ਰਾਊਂਡ ਅਪ ਆਈ ਨੂੰ। ਹੁਣ ਉਹੀ ਦਵਾਈ 220 ਵਾਲੀ ਅੱਜ ਸਾਨੂੰ 550 ਰੁਪਏ ਨੂੰ ਮਤਲਬ ਮਾਰਕੀਟ 'ਚੋਂ ਲੈਣੀ ਪੈਂਦੀ ਆ, ਉਹਦੇ 'ਚ ਜ਼ਿਮੀਦਾਰ ਦਾ ਦੇਖੋ ਤੁਸੀਂ 230 ਰੁਪਈਏ ਮਤਲਬ ਕੋਸਟ, 330 ਰੁਪਈਏ ਜ਼ਿਆਦਾ ਲੱਗ ਰਹੇ ਨੇ। ਉਹ ਵੀ ਮਤਲਬ ਦੇਖਿਆ ਜਾਵੇ, ਹੋਰ ਦਵਾਈਆਂ ਨੇ ਜਿਹੜੀਆਂ ਮਾੜੀਆਂ ਜਿਹੀਆਂ, ਉਹਦੇ ਰੇਟ ਕੋਈ 1200 ਆ, ਕੋਈ 1000 ਆ, ਕੋਈ 3000 ਆ, ਕੋਈ 5000। ਹਾਂ, ਦਵਾਈਆਂ ਦਾ ਵੀ ਮਤਲਬ ਉਹ 'ਤੇ ਕੋਈ ਕੰਟਰੋਲ ਹੋਣਾ ਚਾਹੀਦਾ, ਉਹਦੇ 'ਤੇ ਪ੍ਰਿੰਟ ਹੋਰ ਆ, ਰੇਟ ਹੋਰ ਮੜੀ ਜਾਂਦੇ ਆ। ਜੋ ਵੀ ਡੀਲਰ ਆ ਜਾਂ ਕੰਪਨੀਆਂ ਨੇ ਉਹ ਜ਼ਿਮੀਦਾਰ ਨੂੰ ਅੱਜ ਪੂਰੀਆਂ ਲੁੱਟਣ 'ਤੇ ਤੁਰੀਆਂ ਹੋਈਆਂ, ਅਤੇ ਨਕਲੀ ਵਾਲਾ ਤਾਂ ਕੋਈ ਆਂਤੀ ਕੋਈ ਨਹੀਂ ਵੀ ਕਿੰਨੀਆਂ ਨਕਲੀ ਆ ਰਹੀਆਂ ਨੇ। ਹਾਂਜੀ, ਇੰਨੀਆਂ ਕਿਸਾਨੀ ਸਰਕਾਰਾਂ ਨੂੰ ਬੇਨਤੀਆਂ ਨੇ ਮਤਲਬ ਵੀ ਉਹ ਕੁਛ ਨਾ ਕੁਛ ਜ਼ਿਮੀਦਾਰ ਦੀ ਬਾਂਹ ਫੜਨ ਤਾਂ ਕੋਈ ਹੱਲ ਹੋ ਸਕਦਾ। ਹਾਂਜੀ, ਪਰਾਲੀ ਤੋਂ ਅਸੀਂ ਵੀ ਦੁਖੀ ਆ ਵੀ ਨਾ ਮੱਚੇ, ਚੰਗੀ ਗੱਲ ਆ ਸਾਡੇ ਵੀ ਬੱਚੇ ਨੇ, ਸਾਡੇ ਵੀ ਬੱਚੇ ਨੇ, ਅਸੀਂ ਵੀ ਆ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਬੱਚਿਆਂ ਦੀ ਜਿਉਣਾ ਚਾਹੁੰਦੇ ਹਾਂ, ਪਰ ਜੇ ਸਰਕਾਰ ਨਹੀਂ ਬਾਂਹ ਫੜਦੀ ਫਿਰ ਜ਼ਿਮੀਦਾਰ ਕੋਲ ਸਾਡੇ ਕੋਲ ਕੋਈ ਹੱਲ ਨਹੀਂ ਅੱਗ ਤੋਂ ਬਿਨਾਂ, ਜੇ ਨਹੀਂ ਫੜੂਗੀ ਫਿਰ ਤਾਂ ਅੱਗ ਲੱਗਣੀ ਆ, ਚਾਹੇ ਪਰਚੇ ਕਰ ਦੇਣ ਚਾਹੇ ਕੁਛ ਵੀ ਕਰ ਦੇਣ। ਉਹ ਜੱਟ ਦੇ ਜਿਹੜੀ ਸਬਸਿਡੀ ਦਿੰਦੇ ਆ ਨਾ, ਉਹ ਜੱਟ ਦੇ ਪੱਲੇ ਕੁਛ ਨਹੀਂ ਪੈਂਦਾ, ਕੁਛ ਨਹੀਂ ਪੈਂਦਾ, ਉਹ ਤਾਂ ਦਿਖਾਣਾ ਦੇ ਜਿਹੜੀ ਆ ਕਮਾਈ ਦਾ ਸਾਧਨ ਬਣਾ ਤਾ, ਜ਼ਰੀਆ ਬਣਾ ਤਾ ਇਹਨਾਂ ਨੇ, ਜ਼ਿਮੀਦਾਰ ਦੇ ਪੱਲੇ ਕੁਛ ਨਹੀਂ ਪੈਂਦਾ। ਜੇ ਉਹੀ ਸੰਦ ਮੈਂ ਆਪਦੇ ਤੌਰ 'ਤੇ ਕਿਤੋਂ ਵੀ ਖਰੀਦਦਾ ਉਹ 1,00,000 ਰੁਪਈਏ ਦਾ ਹੋਊ, ਜੇ ਮਾਨਤਾ ਪ੍ਰਾਪਤ ਵਾਲੇ ਤੋਂ ਖਰੀਦਦਾ ਤਾਂ ਉਹੀ ਸੰਦ 2,00,000 ਦਾ ਮਿਲ ਰਿਹਾ, 1,00,000 ਰੁਪਈਏ ਦਾ ਨੁਕਸਾਨ ਆ। ਸਾਨੂੰ ਸਬਸਿਡੀ 50% ਦੇਤੀ, ਉਹ 50% ਸਾਡੀ ਗਈ, ਜੇ ਉਹੀ ਸੰਦ ਅਸੀਂ ਬਗੈਰ ਸਬਸਿਡੀ ਤੋਂ ਲਈਆਂ ਸਾਨੂੰ 1,00,000 ਰੁਪਈਏ ਦਾ ਮਿਲਦਾ। ਇਹਦੇ ਬਾਰੇ
ਵੀ ਧਿਆਨ ਦੇਣ ਦੀ ਜ਼ਰੂਰਤ ਆ। ਸਾਰਿਆਂ ਨੂੰ ਮਸਲਾ ਵੱਡਾ ਇਹੀ ਆ ਵੀ ਜੋ ਸਬਸਿਡੀ ਦੇ ਸੰਦ ਮਿਲਦੇ ਆ ਇਹਨਾਂ 'ਤੇ ਗੌਰ ਕੀਤੀ ਜਾਵੇ, ਜੱਟ ਨੂੰ ਸਹੀ ਦਾਮ 'ਤੇ ਮਿਲਣ। ਛੋਟੇ ਕਿਸਾਨਾਂ ਦਾ ਜੇ ਸਾਨੂੰ ਕਹਿੰਦਾ ਇਹ ਸੰਦ ਵਾਜਬ ਰੇਟ 'ਤੇ ਦੇਣਗੇ ਸਾਡਾ ਹੱਲ ਹੋਊਗਾ। ਵਾਜਬ ਰੇਟ 'ਤੇ ਦੇਣ, ਸਾਨੂੰ ਕੁਛ ਬੋਨਸ ਦੇ ਦੇਣ, 50 ਰੁਪਈਏ ਹੀ ਦੇ ਦੇਣ, 50 ਨਾਲ ਵੀ ਅਸੀਂ ਅੱਗ ਨਹੀਂ ਲਾਉਂਦੇ, ਸਾਡਾ ਤੇਲ ਦੀ ਕੋਸਟ ਨਿਕਲ ਆਊਗੀ। ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਸਬਸਿਡੀ ਮਸ਼ੀਨਾਂ ਵੀ ਮੁਹੱਈਆ ਕਰਵਾ ਰਹੀ ਹੈ, ਪਰ ਜ਼ਮੀਨੀ ਪੱਧਰ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਬਸਿਡੀ ਉਹਨਾਂ ਤੱਕ ਪਹੁੰਚਦੀ ਹੀ ਨਹੀਂ, ਕਿਉਂਕਿ ਉਹ ਸਰਕਾਰੀ ਨੁਮਾਇੰਦੇ ਜਾਂ ਮਿਸਤਰੀ ਹੀ ਖਾ ਜਾਂਦੇ ਨੇ, ਜਾਂ ਉਹਨਾਂ ਨੂੰ ਮਾਨਤਾ ਪ੍ਰਾਪਤ ਡੀਲਰਾਂ ਤੋਂ ਮਸ਼ੀਨਾਂ ਦੁੱਗਣੇ ਭਾਅ ਤੇ ਖਰੀਦਣੀਆਂ ਪੈਂਦੀਆਂ ਨੇ, ਜਿਸ ਕਾਰਨ ਪਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਦੂਸਰਾ ਵਿਕਲਪ ਬਚਦਾ ਹੀ ਨਹੀਂ। ਗੁਰਪਿਆਰੇ, ਇਹ ਸਾਫ਼ ਹੈ ਕਿ ਸਰਕਾਰਾਂ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਕਰ ਰਹੀਆਂ ਨੇ। ਜਿਹੜੀਆਂ ਮਸ਼ੀਨਾਂ ਮਾਰਕੀਟ ਦੇ ਵਿੱਚ 1 ਲੱਖ ਵਿੱਚ ਅਵੇਲੇਬਲ ਮਿਲ ਰਹੀਆਂ ਨੇ, ਉਹੀ ਮਸ਼ੀਨਾਂ 2 ਲੱਖ ਵਿੱਚ ਸਰਕਾਰ ਵੱਲੋਂ ਮਾਨਿਅਤਾ ਪ੍ਰਾਪਤ ਡੀਲਰ ਵੇਚ ਰਹੇ ਨੇ, ਤੇ ਉਸ ਦੇ ਉੱਤੇ ਫਿਰ ਸਰਕਾਰ ਸਬਸਿਡੀ ਦਿੰਦੀ ਹੈ, ਜੋ ਸਬਸਿਡੀ ਕਿਸਾਨਾਂ ਤੱਕ ਨਹੀਂ ਪਹੁੰਚਦੀ। ਸਰਕਾਰ ਨੂੰ ਆਪ ਚਾਹੀਦਾ ਹੈ ਕਿ ਜੇਕਰ ਸਰਕਾਰ ਦੀ ਨੀਅਤ ਵਾਕਈ ਹੀ ਸਾਫ਼ ਹੈ, ਜੇਕਰ ਉਹ ਚਾਹੁੰਦੇ ਨੇ ਕਿ ਸਾਡਾ ਚੌਗਿਰਦਾ ਸਾਫ਼ ਸੁਥਰਾ ਰਹੇ, ਤਾਂ ਇਸ ਮੌਕੇ ਦੇ ਉੱਤੇ ਸਰਕਾਰ ਨੂੰ ਆਪ ਮਸ਼ੀਨਾਂ ਲੈ ਕੇ ਗਰੀਬ ਕਿਸਾਨਾਂ ਦੇ ਹਵਾਲੇ ਕਰਨੀਆਂ ਚਾਹੀਦੀਆਂ ਨੇ, ਤਾਂ ਜੋ ਪੰਜਾਬ ਵਿੱਚ ਪ੍ਰਦੂਸ਼ਣ ਨਾ ਹੋ ਸਕੇ। ਜੇਕਰ ਇੱਕ ਖਾਲਸਾ ਏਡ ਜਿਹੀ ਸੰਸਥਾ ਹੜ੍ਹ ਪੀੜਿਤ ਕਿਸਾਨਾਂ ਨੂੰ ਟਰੈਕਟਰ, ਤਵੀਆਂ ਅਤੇ ਹੋਰ ਮਸ਼ੀਨਾਂ ਖੇਤੀ ਦੀਆਂ ਮੁਹੱਈਆ ਕਰਵਾ ਸਕਦੀ ਹੈ, ਮਕਾਨ ਪਵਾ ਕੇ ਦੇ ਸਕਦੀ ਹੈ, ਤਾਂ ਆਖਿਰ ਜਿਸ ਸਰਕਾਰ ਦੇ ਹੱਥ ਵਿੱਚ ਪੰਜਾਬ ਦੀ ਸੱਤਾ ਹੈ, ਉਹ ਪੰਜਾਬ ਦੇ ਕਿਸਾਨਾਂ ਦਾ ਦੁੱਖ ਦਰਦ ਦੂਰ ਕਿਉਂ ਨਹੀਂ ਕਰ ਸਕਦੀ? ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਜਾਂ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਮਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।